ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ ਜੀ? ਠੀਕ ਠਾਕ ਹੋ? ਅਤੇ ਅੱਜ ਆ ਜੀ ਆਪਾਂ ਆਏ ਹੋਏ ਚੰਡੀਗੜ੍ਹ ਅਤੇ ਸੈਲਫੀ ਇੰਟਰੈਕਸ਼ਨ ਵਿਦ ਸੁਨੀਲ ਕਟਾਰੀਆ ਬਾਈ ਸਾਡਾ ਚੱਲ ਰਿਹਾ ਪ੍ਰੋਗਰਾਮ। ਸਭ ਤੋਂ ਪਹਿਲਾਂ ਤਾਂ ਜੀ ਲਵ ਯੂ ਸਾਰਿਆਂ ਨੂੰ, ਇੰਨਾ ਪਿਆਰ ਦੇਣ ਲਈ ਆਪਣੇ ਗਾਣੇ ਸਾਇਲੈਂਟ ਹਿਊਜ਼ ਨੂੰ, ਅਤੇ ਸਹੁੰ ਲੱਗੇ ਬੜਾ ਪਿਆਰ ਦਿੱਤਾ। ਅਤੇ ਮੇਰਾ ਕਾਫੀ ਟਾਈਮ ਬਾਅਦ ਰੋਮੈਂਟਿਕ ਟਰੈਕ ਆਇਆ ਜੀ, ਅਤੇ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ ਵੀ ਮੇਰਾ ਜੀ ਕਰਦਾ ਹੁਣ ਰੋਮੈਂਟਿਕ ਹੀ ਕਰੀ ਜਾਈਏ। ਪਰ ਚਲੋ ਇਹ ਵੀ ਵਿੱਚ ਵਿੱਚ ਆਪਾਂ ਦਿੰਦੇ ਜਾਵਾਂਗੇ। ਪਰ ਥੈਂਕ ਯੂ ਵੈਰੀ ਮੱਚ, ਆਹ ਸਲੂਟ ਆ ਜੀ ਤੁਹਾਨੂੰ ਸਾਰਿਆਂ ਨੂੰ, ਅਤੇ ਜਿੰਨੇ ਵੀ ਮੈਸੇਜਸ ਆ ਰਹੇ ਆ ਸਾਰਿਆਂ ਨੂੰ ਬਹੁਤ ਬਹੁਤ ਪਿਆਰ। ਜਿਨ੍ਹਾਂ ਨੂੰ ਰਿਪਲਾਈ ਨਹੀਂ ਵੀ ਹੋ ਰਿਹਾ ਉਹਨਾਂ ਨੂੰ ਵੀ ਪਿਆਰ ਆ ਪੂਰਾ ਬਾਈ, ਹੌਲੀ ਹੌਲੀ ਕਰਕੇ ਸਾਰਿਆਂ ਨੂੰ ਰਿਪਲਾਈ ਕਰੂੰਗਾ। ਅਤੇ ਲਵ ਯੂ ਆ ਜੀ। ਅਤੇ ਅੱਜ ਹੁਣ ਪ੍ਰੋਗਰਾਮ ਚੱਲ ਰਿਹਾ ਜੀ, ਪ੍ਰੋਗਰਾਮ ਚੱਲ ਰਿਹਾ ਸਾਡੇ ਬਾਈ ਸੁਨੀਲ ਕਟਾਰੀਆ ਬਾਈ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਸੈਲਫੀ ਇੰਟਰੈਕਸ਼ਨ ਦੇ ਵਿੱਚ ਤੁਹਾਡਾ ਸਦਾ ਸਵਾਗਤ। ਫੇਸਬੁੱਕ ਲਾਈਵ ਯਾਨੀ ਕਿ ਸੈਲਫੀ ਲਾਈਵ ਵਾਲਿਆਂ ਦਾ, ਸਾਡੇ ਨਾਲ ਕੁਛ ਮਿੱਤਰ ਪਿਆਰੇ ਵੀ ਨੇ ਸਾਇਲੈਂਟ ਟੀਅਰਸ, ਤੁਸੀਂ ਲਗਾਤਾਰ ਸੁਣ ਰਹੇ ਹੋ ਗਗਨ ਵੀਰੇ ਦਾ ਟਰੈਕ। ਸੋਨੀ ਕੋਕਰੀ ਬਾਈ ਸਾਡੇ ਨਾਲ, ਯਾਨੀ ਕਿ ਕੋਕਰੀ ਕਲਾ ਤੋਂ ਸਾਡਾ ਇੱਕ ਹੋਰ ਵੀਰ ਬਾਈ ਸੋਨੀ, ਕਮਰ ਬੜੈਚ ਸਾਹਿਬ ਵੀ ਸਾਡੇ ਨਾਲ ਨੇ, ਕਮਰ ਬੜੈਚ ਜਿਨ੍ਹਾਂ ਨੇ ਸਾਇਲੈਂਟ ਟੀਅਰਸ ਲਿਖਿਆ। ਹੈਲੋ, ਸਤਿ ਸ਼੍ਰੀ ਅਕਾਲ ਜੀ, ਇਹਨਾਂ ਨੇ ਸਾਇਲੈਂਟ ਟੀਅਰ। ਹਾਂਜੀ, ਅਤੇ ਇੱਧਰ ਇਹ ਵੀਰ ਨੂੰ ਮੈਂ ਜ਼ਰੂਰ ਮਿਲਾਉਣਾ ਚਾਹੂੰਗਾ। ਤੁਸੀਂ ਸਾਰਿਆਂ ਨੇ ਮੇਰੇ ਪੋਸਟ ਦੇਖੇ, ਬਲੈਸਿੰਗਸ ਆਫ ਰੱਬ, ਜਿਮੀਦਾਰ ਜੱਟੀਆਂ, ਅਤੇ ਉਸ ਤੋਂ ਬਾਅਦ ਸਾਇਲੈਂਟ ਟੀਅਰਸ। ਇਹ ਆ ਜੀ ਦੀ ਟਾਊਨ ਮੀਡੀਆ, ਇਹ ਬੰਦਾ ਡਿਜ਼ਾਈਨ ਕਰਦਾ, ਸੋ ਇਹਦੀ ਮਿਹਨਤ ਆ। ਥੈਂਕ ਯੂ ਵੈਰੀ ਮੱਚ, ਫੜਿਆ ਗਿਆ ਜੀ, ਅੱਜ ਅਸੀਂ ਫੜ ਲਿਆ, ਪਰ ਵੈਰੀ ਟੈਲੈਂਟਡ ਗਾਏ। ਔਰ ਸਾਡੇ ਨਾਲ ਹਰਲੀਨ ਵੀ ਹੈ, ਸਾਡਾ ਫਰੈਂਡ ਹਰਲੀਨ ਵੀਰ, ਔਰ ਹਰਲੀਨ ਇਜ਼ ਇਨਟੂ 뮤직। ਤੇ ਸਾਡੇ ਸੈਲਫ ਇੰਟਰੈਕਸ਼ਨ ਲਗਾਤਾਰ ਚੱਲ ਰਹੀ ਹੈ, ਤੋ ਹੁਣ ਸੈਲਫ ਇੰਟਰੈਕਸ਼ਨ ਕਰ ਰਹੇ ਹਾਂ ਬਾਰ ਬਾਰ। ਸੋਨੀ ਬਾਈ ਕਿੱਧਰ ਗਿਆ? ਆਹ ਸੋਨੀ ਬਾਈ ਹੈ ਸਾਡੇ ਨਾਲ। ਸੋਨੀ ਬਾਈ, ਕੋਈ ਬਾਈ ਦੀ ਐਸੀ ਆਦਤ ਜਿਹੜੀ ਤੁਸੀਂ, ਜਿਹੜੀ ਕਹਿੰਦੇ ਯਾਰ ਆਹ ਤੇਰੀ ਮਾੜੀ ਆਦਤ ਹੈ, ਕਿਸੇ ਨੇ ਵੀ ਕਹਿਤਾ ਤੇਰੀ ਆਹ ਚੀਜ਼ ਵਧੀਆ ਤਾਂ ਇਹਨੇ ਕਹਿ ਦੇਣਾ ਵੀ ਇਹ ਵੀਰੇ ਤੂੰ ਰੱਖ ਲਾ। ਓਕੇ, ਜਿੰਨੀਆਂ ਇਹਨੂੰ ਮਰਜ਼ੀ ਸ਼ੇਡਸ ਲੈ ਦਈਏ, ਇਹਨਾਂ ਜਦੋਂ ਵਾਪਸ ਆਉਣਾ ਵਾ ਉੱਥੋਂ ਤਾਂ ਵਾਪਸ ਕੋਈ ਵੀ ਨਹੀਂ ਹੁੰਦੀ ਕੋਲੇ। ਓਕੇ, ਤੇ ਇਸ ਵਾਰ ਵੀ ਨਵੀਆਂ ਲੈ ਕੇ ਭੇਜ ਦੇ ਰਿਹਾ ਵਾ, ਤੇ ਮੈਨੂੰ ਲੱਗਦਾ ਵਾਪਸੀ ਤੇ ਫੇਰ ਵੀ ਕੋਈ ਨਹੀਂ ਹੋਣੀ। ਨਹੀਂ, ਵਾਹਿਗੁਰੂ ਤਾਂ ਹੀ ਦਿੰਦਾ ਜੀ। ਅੱਛਾ, ਵੈਸੇ ਸ਼ੇਡਸ ਕਿਉਂ ਲਾਏ ਤੁਸੀਂ? ਆਪਾਂ ਪਹਿਲਾਂ ਵੀ ਗੱਲ ਕਰ ਰਹੇ, ਤੁਸੀਂ ਕੁਝ ਕਹਿ ਰਹੇ ਸੀ ਉਹਦੇ ਬਾਰੇ। ਬਾਈ ਪੈਸੇ ਲਾਏ ਆ ਲਾਉਣੀਆਂ, ਅਸੀਂ ਪੈਸੇ ਲਾਏ ਤਾਂ ਸ਼ੇਡਸ ਲਾ ਰਹੇ ਹਾਂ। ਗੁਰਵਿੰਦਰ ਫਰੋਮ ਟਾਊਨ ਮੀਡੀਆ, ਉਹ ਵੀ ਸਾਡੇ ਨਾਲ ਹੈ। ਗੁਰਵਿੰਦਰ ਨੇ ਸਾਇਲੈਂਟ ਈਅਰਸ ਦਾ ਪੋਸਟਰ ਬਣਾਇਆ। ਗੁਰਵਿੰਦਰ, ਕਿੰਨੀ ਕੁ ਮਿਹਨਤ ਲੱਗੀ ਇਸ ਪੋਸਟਰ ਨੂੰ ਬਣਾਉਣ 'ਚ, ਔਰ ਕਿੰਨੀ ਵਾਰੀ ਮਿਹਨਤ ਲੱਗੀ? ਮਿਹਨਤ ਮੇਰੇ ਖਿਆਲ 'ਚ ਜਦੋਂ ਮੈਨੂੰ ਵੀਰੇ ਨੇ ਫੋਟੋਆਂ ਭਿਜਵਾਈਆਂ ਅਤੇ ਵੀਰਾਂ ਨੇ ਮੈਨੂੰ ਦੱਸਿਆ ਵੀ ਮੈਂ ਇੱਦਾਂ ਦਾ ਆਪਣਾ ਚਾਹੁੰਦਾ ਵਾਂ ਪੋਸਟਰ, ਅਤੇ ਮੇਰੇ ਖਿਆਲ 'ਚ ਤਿੰਨ ਬੇਸ ਰੈਡੀ ਕੀਤੇ ਅਸੀਂ। ਹਾਂਜੀ, ਤਿੰਨ ਬੇਸ ਰੈਡੀ ਕੀਤੇ ਅਤੇ ਪਹਿਲੇ ਵਾਲੇ 'ਤੇ ਮੈਂ ਭੇਜ ਤਾਂ ਦਿੱਤਾ ਵੀਰੇ ਨੂੰ, ਮੈਨੂੰ ਵੀ ਲੱਗਦਾ ਸੀ ਕਿ ਸੋਚ ਜਾਂਦੀਆਂ, ਅਤੇ ਦੂਜੇ ਵਾਲੇ 'ਤੇ ਫਿਰ ਦੂਜੇ ਵਾਲਾ ਭੇਜਿਆ ਵੀਰੇ ਨੂੰ, ਐਂਡ ਦੈਨ ਮੈਂ ਥਰਡ ਵਾਲਾ ਭੇਜਿਆ, ਅਤੇ ਵੀਰਾ ਕਹਿੰਦਾ ਵੀ, ਵੀਰੇ ਦਾ ਮੈਨੂੰ ਫਿਰ ਮੈਸੇਜ ਆਇਆ, ਵੀਰੇ ਕਹਿੰਦਾ ਵੀ ਆਹ ਸੀ ਮੇਰੇ ਮਾਈਂਡ, ਇਹ ਮੇਰੀ ਇਮੈਜੀਨੇਸ਼ਨ ਸੀ ਦਿੱਤੀ। ਓਕੇ, ਐਂਡ ਦੈਨ ਮੈਂ ਵੀਰੇ ਨੂੰ ਫਿਰ ਕਿਹਾ ਵੀ ਹੁਣ ਦੋ ਦਿਨ ਮੈਨੂੰ ਮੈਸੇਜ ਕਰਿਆ ਜੇ ਤੁਹਾਨੂੰ ਫਾਈਨਲ ਪੋਸਟਰ ਦਊਂ, ਆਪਣਾ ਸਾਇਲੈਂਟ ਈਅਰ ਦਾ ਓਫੀਸ਼ੀਅਲ ਪੋਸਟਰ ਮੈਂ ਬਣਾਇਆ ਹਨਾ, ਤੇ ਬਾਈ ਮੈਨੂੰ ਪਹਿਲਾਂ ਹੀ ਐਕਸਪਲੇਨ ਕਰ ਦਿੰਦਾ ਕਿ ਆਹ ਮੇਰੇ ਮਾਈਂਡ 'ਚ ਤੇ ਆਹ ਮੈਨੂੰ ਚਾਹੀਦਾ ਆ। ਓਕੇ, ਠੀਕ ਆ। ਸੋ ਉਹ ਫਿਰ ਮੈਨੂੰ ਕਲੀਅਰ ਹੋ ਜਾਂਦਾ ਕਿ ਹਾਂ ਯਾਰ, ਮਤਲਬ ਮੈਂ ਆਹ ਚੀਜ਼ ਆ ਜਿਹੜੀ ਹਨਾ ਵੀਰੇ ਨੇ ਮੈਨੂੰ ਮੈਨੂੰ ਇਹ ਵਰਡਸ ਨਾਲ ਸਮਝਾਇਆ। ਮੈਨੂੰ ਇਹ ਲੱਗਦਾ ਵੀ ਮੈਂ ਸਭ ਤੋਂ ਘੱਟ ਤੰਗ ਕਰਨ ਵਾਲਾ ਬੰਦਾ, ਮਿਊਜ਼ਿਕ ਡਾਇਰੈਕਟਰ ਨੂੰ, ਵੀਡੀਓ ਡਾਇਰੈਕਟਰ ਨੂੰ, ਤੇ ਉਸ ਤੋਂ ਬਾਅਦ ਜਿੰਨੇ ਵੀ ਮੇਰੇ ਨਾਲ ਪ੍ਰੋਡਕਸ਼ਨ ਵਾਲੇ ਹੁੰਦੇ ਆ, ਸਾਰਿਆਂ ਨੂੰ ਘੱਟ ਕਰਨ ਤੰਗ ਕਰਨ ਵਾਲਾ ਬੰਦਾ ਜੀ। ਇਹ ਝੂਠ ਹੈ, ਇਹ ਝੂਠ ਬਾਈ। ਸੋਨੀ 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 ਬਾਈ ਨੂੰ ਮੈਂ ਕਰਦਾ, ਬਾਈ ਨੂੰ ਚੋਰੀ ਫੜ ਲਈ ਮੈਨੂੰ ਵਾਰਡ ਕਰਦਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ ਮੇਰੇ ਨਾਲ ਕੋਈ ਵੀ ਚੀਜ਼ ਹੋ ਰਹੀ ਆ ਜਾਂ ਮੈਂ ਕਿਸੇ ਚੀਜ਼ ਤੋਂ ਪਿੱਸਾ ਹੋਇਆ ਹੋਇਆ ਤਾਂ ਬਾਈ ਤੇ ਕੁਛ ਸਕਣ। ਕਮਰ ਬੜਾ ਚੀ ਸਾਡੇ ਨਾਲ ਨੇ, ਜਿਨ੍ਹਾਂ ਨੇ ਸਾਇਲੈਂਟ ਈਅਰ ਲਿਖਿਆ। ਕਮਰ ਤੁਸੀਂ ਵੀ ਆ ਜਾਓ ਬਾਈ। ਹਾਂਜੀ ਹਾਂਜੀ। ਔਰ ਟਰੈਕ ਵਾਕਈ ਜੀ ਬਹੁਤ ਖੂਬਸੂਰਤ, ਸੁਲੇਮਾਨ ਨੇ ਸੂਟ, ਇੰਡੀਆਜ਼ ਗੋਟ ਟੈਲੈਂਟ। ਓ ਯੈਸ ਯੈਸ, ਹਾਂਜੀ ਉਹ ਵੀਰ ਨੂੰ ਮੈਂ ਕਦੇ ਅੱਜ ਤੱਕ ਮਿਲਿਆ ਨਹੀਂ, ਪਰ ਥੈਂਕ ਯੂ ਵੈਰੀ ਮੱਚ। ਓਕੇ, ਆਪਾਂ ਗੱਲ ਕਰ ਰਹੇ ਸੀ ਸੁਲੇਮਾਨ ਹੋਰਾਂ ਦੀ। ਹਾਂਜੀ ਹਾਂਜੀ, ਸੋ ਸੁਲੇਮਾਨ ਵੀਰ ਨੂੰ ਮੇਰੇ ਵੱਲੋਂ ਬੈਸਟ ਵਿਸ਼ਿਜ਼ ਆ ਜੀ, ਅਤੇ ਥੈਂਕ ਯੂ ਵੈਰੀ ਮੱਚ ਮੇਰੇ ਗਾਣੇ 'ਚ ਫਲੂਟ ਵਜਾਉਣ ਲਈ, ਐਂਡ ਇਟਸ ਰੀਅਲੀ ਨਾਈਸ। ਮੈਂ ਵੀ ਬਹੁਤ ਫੀਲ ਲੈ ਕੇ, ਉਸੇ ਤੇਰੇ ਬਾਈ ਫੀਲ ਨੂੰ ਲੈ ਕੇ ਮੈਂ ਕੈਮਰੇ ਦੇ ਉੱਪਰ ਆਇਆ। ਅੱਛਾ, ਮੈਨੂੰ ਲੱਗਦਾ ਸੈਲਫੀ ਲਾਈਵ ਜਿੰਨੇ ਆਪਣੇ ਤੁਹਾਡੇ ਫਰੈਂਡਸ ਔਰ ਫੈਨਸ ਦੇਖ ਰਹੇ ਨੇ, ਜਾਂ PTC ਦੇ ਜਿਹੜੇ ਫੈਨਸ ਦੇਖ ਰਹੇ ਨੇ, ਫਰੈਂਡਸ ਦੇਖ ਰਹੇ ਨੇ, ਉਹ ਸਾਇਲੈਂਟ ਈਅਰਸ ਜ਼ਰੂਰ ਸੁਣਨਾ ਚਾਹੁੰਗੇ ਇਸ ਵੇਲੇ ਮੈਨੂੰ ਲੱਗਦਾ।
ਕਿਉਂਕਿ ਇਹੀ ਮੌਕਾ ਹੈ ਉਹਨਾਂ ਨੂੰ ਲਾਈਵ ਸੁਣਾਉਣ ਦਾ। ਜਰੂਰ ਜੀ ਜਰੂਰ, ਮੈਂ ਹੁਣੇ ਸੁਣਾ ਕੇ ਉਹੀ ਸੁਣਾ ਦਿੰਦਾ। ਹੋ ਕੱਢ ਕੱਢ ਥੱਕ ਗਈ ਆ ਹਾੜੇ ਸੋਹਣਿਆ, ਅੱਖੀਆਂ ਦੇ ਪਾਏ ਨੇ ਪੁਹਾੜੇ ਸੋਹਣਿਆ, ਕੱਢ ਕੱਢ ਥੱਕ ਗਈ ਆ ਹਾੜੇ ਸੋਹਣਿਆ, ਅੱਖੀਆਂ ਦੇ ਪਾਏ ਨੇ ਪੁਹਾੜੇ ਸੋਹਣਿਆ, ਇੰਨੇ ਵੀ ਕਿ ਦਿਨ ਸਾਡੇ ਮਾੜੇ ਸੋਹਣਿਆ, ਹੋਏ ਅੱਗ ਬਿਰ ਹੋਦੀ ਯਾਦਾਂ ਰਿੱਝੀਆਂ ਨੇ, ਅੱਖਾਂ ਹੰਝੂਆਂ ਨਾਲ ਭਿੱਜੀਆਂ ਨੇ, ਹੋ ਤੈਨੂੰ ਰੋਜ਼ ਵੇਖਣਾ ਗਿਰਜੀਆਂ ਨੇ। ਲੋ ਬਾਈ, ਬਹੁਤ ਸਾਰੇ ਮੈਸੇਜਸ ਆ ਰਹੇ ਤੁਹਾਨੂੰ, ਥੈਂਕ ਯੂ ਜੀ, ਤੁਸੀਂ ਪੜ੍ਹ ਲਓ। ਥੈਂਕਸ ਅ ਲੋਟ। ਤੇ ਅੱਜ ਆਪਣੀ ਫਲਾਈਟ ਆ ਜੀ, ਜਰਮਨੀ ਮਿਲਦੇ ਹਾਂ ਜੀ ਕੱਲ ਨੂੰ ਸਵੇਰੇ, ਤੇ ਉਸ ਤੋਂ ਬਾਅਦ ਪਰਸੋਂ ਨੂੰ ਮਿਲਦੇ ਹਾਂ ਜੀ ਆਪਾਂ ਵਿਨੀਪੈਗ। ਮੈਸੇਜਸ ਵਾਲਿਆਂ ਨੂੰ ਜੀ ਮੇਰੇ ਵੱਲੋਂ ਲਵ ਯੂ, ਤੇ ਸਾਰੇ ਜਾਣੇ ਬਾਈ ਹੁਣ ਸ਼ੇਅਰ ਦੱਬ ਕੇ ਕਰ ਦਿਓ, ਤੇ 6 ਲੱਖ ਪਲੱਸ ਹੋ ਗਿਆ ਜੀ ਇੱਕ ਦਿਨ ਦੇ ਵਿੱਚ, ਸਭ ਤੁਹਾਡੇ ਕਰਕੇ ਐਂਡ ਉਹ ਵਾਹਿਗੁਰੂ ਕਰਕੇ ਆ। ਲਵ ਯੂ ਤੁਹਾਨੂੰ ਸਾਰਿਆਂ ਨੂੰ ਬਾਈ, ਬਾਏ ਬਾਏ ਕਹਿ ਦਿਓ। ਲਓ ਜੀ ਬਾਏ ਬਾਏ, ਸੈਲਫ ਇੰਟਰੈਕਸ਼ਨ ਜ਼ਰੂਰ ਦੇਖਣਾ ਪੂਰੀ, ਇਹ ਵੀ ਬਾਈ ਸਾਡਾ ਤਰੰਜੇ ਜੀ ਸਾਡੇ ਨਾਲ ਰਹਿੰਦੇ ਜੀ। ਓਕੇ ਜੀ, ਬਾਏ ਸਾਰਿਆਂ ਨੂੰ। ਓਕੇ ਜੀ, ਥੈਂਕ ਯੂ, ਲਵ ਯੂ, ਬਾਏ ਬਾਏ। ਹੈਲੋ, ਬਸ ਇੱਕ ਕਲੋਜ਼ਿੰਗ ਕਰ ਲਈ ਬਾਈ ਬਾ, ਫਟਾਫਟ ਇਹ ਟਰਨ ਆਫ।